ਹੈਲੋ ਫਰੈਂਡਸ ਥਿਸ ਇਜ਼ ਹਰਵਿੰਦਰ ਸਿੰਘ ਐਂਡ ਵੈਲਕਮ ਟੂ ਦਾ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਅਤੇ ਇਸ ਵੀਡੀਓ ਵਿੱਚ ਅਸੀਂ ਸੋਲਵ ਕਰਾਂਗੇ ਪੀਐਸਸੀਬੀ ਜਮਾਤ 10 ਪੰਜਾਬੀ A ਦਾ ਮਾਡਲ ਟੈਸਟ ਪੇਪਰ 2 ਦੋਸਤੋ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਮਾਡਲ ਟੈਸਟ ਪੇਪਰ 2 ਨੂੰ ਸੋਲਵ ਕੀਤਾ ਹੈ ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਮਾਡਲ ਟੈਸਟ ਪੇਪਰ 1 ਨੂੰ ਵੀ ਸੋਲਵ ਕਰਨਾ ਹੈ ਤਾਂ ਅਸੀਂ ਉਸੇ ਇੱਕ ਅਲੱਗ ਤੋਂ ਵੀਡੀਓ ਬਣਾਈ ਹੈ ਤਾਂ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਜ਼ਰੂਰ ਦੇਖੋ ਆਓ ਸ਼ੁਰੂ ਕਰਦੇ ਹਾਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ 65 ਅੰਕਾਂ ਦੀ ਹੈ ਲਿਖਤੀ ਪ੍ਰੀਖਿਆ ਅੰਤਰੀਕ ਮੁਲਾਂਕਣ ਇੰਟਰਨਲ ਅਸੈਸਮੈਂਟ ਦੇ ਤੁਹਾਡੇ 10 ਅੰਕ ਹੈ ਤੇ ਕੁੱਲ ਹੋ ਗਏ 75 ਤੇ 3 ਘੰਟੇ ਦਾ ਸਮਾਂ ਤੇ ਤੇ 5 ਅੰਕ ਹੋ ਗਏ ਸੁੰਦਰ ਲਿਖਾਈ ਦੇ ਤੇ ਸਭ ਤੋਂ ਪਹਿਲਾਂ ਆਣਗੇ ਵਸਤੂनिष्ठ ਪ੍ਰਸ਼ਨ ਜਿਸ ਵਿੱਚ ਸਭ ਤੋਂ ਪਹਿਲਾ ਪੰਜਾਬੀ ਸੂਫੀ ਕਵਿਤਾ ਦਾ ਮੁੱਢੀ ਕੌਣ ਹੈ ਇਸ ਦਾ ਉੱਤਰ ਹੈ ਸ਼ੇਖ ਫਰੀਦ ਜੀ ਅਗਲਾ ਪ੍ਰਸ਼ਨ ਹੈ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਕਿਸ ਕਵਿਦੀ ਰਚਨਾ ਹੈ ਇਸ ਦਾ ਉੱਤਰ ਹੈ ਸ਼ਾ ਮੁਹੰਮਦ तीजा प्रश्न है गुरु नानक देव जी का साथी कौन सी इसका उत्तर है भाई मरदाना जी अगला प्रश्न बाबा राम सिंह कुका लेख किस रचना है इसका उत्तर है सरदार कपूर सिंह धरती हेठला बल्द का दा लेखक कौन है कुलवंत सिंह विरक खदरपोष बीबी कौन सी शरण कौर संत सिंह सिखों की लिखी एक अगी का ना लिखो दूजा विह अगला प्रश्न देखते हैं एक नौजवान पुत्र ਇਸੇ ਕਾਂਗੇ ਦਾ ਮੁੱਖ ਪੱਤਰ ਹੈ ਨਾਇਕ ਇੱਕ ਹੋਰ ਨਮਾਸਾਰ ਦੇ ਕਿੰਨੇ ਕਾਂਢਲ ਤਿੰਨ ਮੰਤੇ ਨੇ ਕਰਜਾ ਕਿਸ ਕਮ ਲਈ ਲਿਆ ਸੀ ਪੈਣਾ ਦੇ ਵਿਆਹ ਲਈ ਇਸ ਤੋਂ ਬਾਅਦ ਆਣਗੇ ਸਾਡੇ ਇਸ ਤੋਂ ਬਾਅਦ ਹੈਗਾ ਸਾਡਾ ਪ੍ਰਸੰਗ ਸਹਿਤ ਵਿਆਖਿਆ ਵਾਲਾ ਪ੍ਰਸ਼ਨ ਜਿਸ ਵਿੱਚ ਜਿਸੀ ਦੋ ਪ੍ਰਸੰਗ ਸਹਿਤ ਵਿਆਖਿਆ ਕਰਨੀ ਆ ਤੇ ਪ੍ਰਸੰਗ ਦੇ ਦੋ ਤੇ ਵਿਆਖਿਆ ਦੇ ਤਿੰਨ ਅੰਕ ਹੈਗੇ ਹਨ ਤੇ ਆਪ ਸਾਰੇ ਵਿਦਿਆਰਥੀ ਦੇਖ ਸਕਦੇ ਹੋ ਜਿੰਨੇ ਵੀ ਕਾਪਮੰਦ ਦਿੱਤੇ ਗਏ ਹਨ ਬਹੁਤ ਇੰਪੋਰਟੈਂਟ ਹਨ ਜਿਵੇਂ ਸਭ ਤੋਂ ਪਹਿਲਾ ਗੁਰਮਤ ਕਾ ਵਿਚੋ ਹੈ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਤੇ ਇਹ ਵਾਲਾ ਹੈਗਾ ਤੇ ਇਸ ਤੋਂ ਬਾਅਦ ਹੋ ਗਿਆ ਦੂਜਾ ਸਾਢੇ ਤਿੰਨ ਹੱਥ ਵਾਲਾ ਇਸ ਤੋਂ ਬਾਅਦ ਹੋ ਗਿਆ ਨਾਜ਼ਕ ਪੈਰ ਗੁਲਾਬ ਸਸੀਦੇ ਮਹਿੰਦੀ ਨਾਲ ਸ਼ਿੰਗਾਰੇ ਤੀਜਾ ਤੇ ਚੌਥਾ ਹੋ ਗਿਆ ਚੰਡੀ ਦੀ ਵਾਰ ਵਿੱਚੋਂ ਝੋਟ ਪਈ ਖਰਚਾਮੀ ਦਲਾ ਮੁਕਾਬਲਾ ਤੇ ਬਹੁਤ ਇੰਪੋਰਟੈਂਟ ਨੇ ਕਿ ਆਪ ਸਾਰੇ ਵਿਦਿਆਰਥੀਆਂ ਨੂੰ ਜ਼ਰੂਰ ਹੈ ਤਿਆਰ ਕਰ ਲੈਣਾ ਤੇ ਇਸ ਤੋਂ ਬਾਅਦ ਆ ਗਿਆ ਸਾਡਾ ਕੇਂਦਰੀ ਭਾਵ ਦੇ ਦੋ ਵਿੱਚੋਂ ਇੱਕ ਇੱਕ ਕੇਂਦਰੀ ਭਾਵ ਅਭੀ ਕਰਨਾ ਹੈ ਜਿਵੇਂ ਸਭ ਤੋਂ ਪਹਿਲਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਇਸ ਵਿੱਚ ਅਸੀਂ ਕੀ ਲਿਖ ਸਕਦੇ ਇਸ ਵਿੱਚ ਅਸੀਂ ਇਹ ਲਿਖ ਸਕਦੇ ਹਾਂ ਤਾਂ ਮੇਰਾ ਪਿਤਾ ਤੋ ਹੈ ਮੇਰਾ ਮਾਤਾ ਗੁਰੂ ਅਰਜਨ ਦੇਵ ਜੀ ਦੀ ਰਚਨਾ ਇਸ ਦਾ ਕੇਂਦਰੀ ਭਾਗ ਇਸ ਪ੍ਰਕਾਰ ਹੈ ਗੁਰੂ ਜੀ ਅਨੁਸਾਰ ਪ੍ਰਭੂ ਹੀ ਮਨੁੱਖ ਦਾ ਮਾਤਾ ਪਿਤਾ ਰਿਸ਼ਤੇਦਾਰ ਅਤੇ ਪ੍ਰਾਯ ਸਾਰੇ ਜੀ ਪ੍ਰਭੂ ਦਈ ਪੈਦਾ ਕੀਤੇ ਹੋਏ ਹਨ ਇਸ ਸੰਸਾਰ ਵਿੱਚ ਜੋ ਕੁਝ ਵੀ ਵਾਪਰਦਾ ਉਹ ਪਰਮਾਤਮਾ ਦੀ ਰਜ਼ਾ ਅਨੁਸਾਰੀ ਹੁੰਦਾ ਹੈ ਪਰਮਾਤਮਾ ਦਾ ਨਾਮ ਤੇ ਆਉਣ ਨਾਲ ਮਹਾ ਸੁਖ ਪ੍ਰਾਪਤ ਹੁੰਦਾ ਅਤੇ ਵਿਕਾਰ ਨਾਲ ਹੋਰੀ ਔਖਾ ਕੋਲ ਜਿੱਤਿਆ ਜਾਂਦਾ ਇਸ ਤੋਂ ਬਾਅਦ ਕਿਸ ਅਸਸੀ ਪੰਨੂ ਤੇ ਅਸੀਂ ਵਿੱਚ ਅਸੀਂ ਕੀ ਲਿਖ ਸਕਦੇ ਹਾਂ ਇਸ ਵਿੱਚ ਤੁਸੀਂ ਲਿਖ ਸਕਦੇ ਕਿ ਸਸਸੀ ਨੂੰ ਹਾਸ਼ਮ ਸ਼ਾਹੀ ਰਚਨਾ ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ ਆਪਣੇ ਪ੍ਰੀਤਮ ਪੁੰਨੋ ਨੂੰ ਪਾਉਣ ਲਈ ਸਸੀ ਤਪਦੇ ਮਾਰੂਥਲ ਵਿੱਚ ਤਪਦੇ ਮਾਰੂਥਲ ਵਿੱਚ ਚਲ ਪਈ ਜਿੱਥੇ ਉਸ ਦੀ ਗਰਮੀ ਵਿੱਚ ਮੌਤ ਹੋ ਗਈ ਪਰ ਉਹ ਰੱਬ ਦਾ ਲੱਖ ਲੱਖ ਸ਼ੁਕਰ ਕਰਦੀ ਹੈ ਕਿ ਉਹ ਇਸਕ ਵਿੱਚ ਪੂਰੀ ਉਤਰੀ ਹੈ ਇਸ ਤੋਂ ਬਾਅਦ ਹੋ ਗਿਆ ਸਾਡਾ ਸਾਰ ਦੋ ਲੇਖ ਵਿੱਚੋਂ ਕਿਸੇ ਵੀ ਇੱਕ ਲੈ ਕੇ ਜਾਂ ਵਾਰਤਕ ਦਾ ਸਾਰ ਲਿਖਣਾ ਬੋਲੀਆਂ ਮੇਰੇ ਵੱਡੇ ਵਡੇਰੇ ਤੇ ਦੋਹਾਂ ਵਿੱਚੋਂ ਕੋਈ ਵੀ ਸਾਰ ਅਸੀਂ ਲਿਖ ਸਕਦੇ ਹਾਂ ਤੇ ਇਸ ਦਾ ਉੱਤਰ ਕਿਸ ਤਰ੍ਹਾਂ ਲਿਖਣਾ ਹੈ ਉਹ ਸਾਡੀ ਵੀਡੀਓ ਜ਼ਰੂਰ ਦੇਖ ਲੈਣਾ ਸੀ ਉਸ ਵਿੱਚ ਸੋਲਵ ਕੀਤਾ ਹੋਇਆ ਇਸ ਤੋਂ ਬਾਅਦ ਉਹ ਕਿਵਾਰਤਕ ਵਿੱਚੋਂ 82 ਪ੍ਰਸ਼ਨ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਜਿਵੇਂ ਸਭ ਤੋਂ ਪਹਿਲਾ ਮਹਾਨ ਵਿਕਤੀਆਂ ਦੇ ਚਰਿੱਤਰ ਵਿੱਚ ਕਰਦੇ ਪਿਆਰ ਦਾ ਕੀ ਮਹੱਤਵ ਹੈ ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਮਹਾਨ ਵਿਕਤੀਆਂ ਦੇ ਚਰਿੱਤਰ ਵਿੱਚ ਕਰਦੇ ਪਿਆਰ ਦਾ ਬਹੁਤ ਮਹੱਤਵ ਹੈ ਉਹਨਾਂ ਲਈ ਵੀ ਕਰਦਾ ਪਿਆਰ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਆਮ ਮਨੁੱਖ ਲਈ ਕਰਦੇ ਪਿਆਰ ਨਾਲ ਉਹ ਪਰਮਾਤਮਾ ਦੇ ਪਿਆਰ ਵੱਲ ਪ੍ਰੇਰਿਤ ਜਾਂਦੇ ਹਨ ਪੁਜਾ ਪ੍ਰਸ਼ਨ ਹੈ ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਮਨ ਨੂੰ ਕਲੀਅਰ ਅਰਦਾਸ ਬਹੁਤ ਜ਼ਰੂਰੀ ਹੈ ਅਰਦਾਸ ਦੀ ਜ਼ਰੂਰਤ ਹਰ ਸੰਸਾਰੇ ਦੇ ਮੌਕੇ ਉੱਪਰ ਹੈ ਜਨਮ ਵੇਲੇ ਮਰਨ ਵੇਲੇ ਵਿਆਹ ਵੇਲੇ ਜੰਗੂ ਵੇਲੇ ਕੋਈ ਔਸਰ ਨਹੀਂ ਜੋ ਸਿੱਖ ਲਈ ਬਿਨ ਅਰਦਾਸ ਹੋਵੇ ਅਗਲਾ ਪ੍ਰਸ਼ਨ ਹੈ ਕਾਲੀਦਾਸ ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਆਪਣਾ ਕਿਉਂ ਦੱਸਦੇ ਹਨ ਤੇ ਇਸ ਦਾ ਉੱਤਰ ਅਸੀਂ ਲਿਖ ਸਕਦੇ ਹਾਂ ਕਾਲੀਦਾਸ ਇੱਕ ਉੱਚ ਚੋਟੀ ਦਾ ਸਾਹਿਤਕਾਰ ਸੀ ਕਹ ਕਾਲੀਦਾਸ ਇੱਕ ਉੱਚ ਕੋਟੀ ਦਾ ਸਾਹਿਤਕਾਰ ਸੀ ਕਾਲੀਦਾਸ ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਆਪਣਾ ਇਸ ਕਰਕੇ ਦੱਸਦੇ ਹਨ ਕਿਉਂਕਿ ਉਹ ਆਪਣੀ ਕਾਲ ਸੁੰਦਰਤਾ ਕਰਕੇ ਸਭ ਨੂੰ ਪਿਆਰਾ ਲੱਗਦਾ ਹੈ ਤੇ ਹਰ ਕੋਈ ਉਸ ਨੂੰ ਆਪਣਾ ਬਣਾਉਣਾ ਚਾਹੁੰਦਾ ਅਗਲਾ ਪ੍ਰਸ਼ਨ ਹੈ ਪੈਦਾ ਤੁਰੰਤ ਸੰਬੰਧਿਤ ਯੂਨਾਨੀ ਫਲੋਸਟਰ ਦੇ ਕੀ ਵਿਚਾਰ ਹਨ ਤੇ ਉਸ ਦੇ ਕੀ ਵਿਚਾਰ ਸਨ ਕਿ ਵੈਕੈਂਸ ਲਈ ਆ ਕੇ ਦੁਨੀਆ ਕੋਲ ਮੈਨੂੰ ਸਿਖਾਉਣ ਲਈ ਕੀ ਹੈ ਤੇ ਮੇਰੇ ਕੋਲ ਦੁਨੀਆ ਨੂੰ ਸਿਖਾਉਣ ਲਈ ਕੀ ਹੈ ਇਸ ਤੋਂ ਬਾਅਦ ਹੋ ਗਿਆ ਕਹਾਣੀਆਂ ਦੇ ਸਾਰ ਬੰਮ ਬਹਾਦਰ ਅਤੇ ਤਰਤੀ ਹੇਟਲਾ ਬਲਦ ਵਿੱਚ ਤੇ ਕੋਈ ਵੀ ਇੱਕ ਅਸੀਂ ਕਰ ਸਕਦੇ ਹਾਂ ਇਸ ਤੋਂ ਬਾਅਦ ਹੋ ਗਿਆ ਕਹਾਣੀਆਂ ਵਿੱਚੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਿਸ ਵਿੱਚ ਸਭ ਤੋਂ ਪਹਿਲਾਂ ਲੇਖਕ ਆਪਣੇ ਮਾਤਾ ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਹੈ ਉਲਫੀ ਕਹਾਣੀ ਵਿੱਚ ਹੈਗਾ ਪ੍ਰਸ਼ਨ ਜਿਸ ਉੱਤਰ ਅਸੀਂ ਲਿਖਸਦਾ ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਬਦਰੀ ਮਹਿੰਗਾਈ ਦੇ ਪ੍ਰਸੰਗ ਵਿੱਚ ਕਰਦਾ ਉਸ ਦੀ ਆਮਦਨ ਆਪਣੇ ਪਿਤਾ ਨਾਲੋਂ ਕਾਫੀ ਘੱਟ ਸੀ ਪਰ ਉਹ ਆਪਣੇ ਪਿਤਾ ਨਾਲੋਂ ਵੱਧ ਪੜਿਆ ਹੋਇਆ ਸੀ ਦੂਜਾ ਪ੍ਰਸ਼ਨ ਹੈ ਬਚਪਨ ਵਿੱਚ ਅਮਰੀਕ ਕਿਹੋ ਜਿਹੇ ਬਾਪ ਦੀ ਕਲਪਨਾ ਕਰਦਾ ਤੇ ਕਿਉਂ ਇਸ ਦਾ ਉੱਤਰ ਅਸੀਂ ਲਿਖ ਸਕਦੇ ਹਾਂ ਬਚਪਨ ਵਿੱਚ ਅਮਰੀਕ ਚਾਹੁੰਦਾ ਹੈ ਕਿ ਉਸ ਦਾ ਬਾਪ ਤੌਲੀ ਚੁੱਟੀ ਦਾੜੀ ਵਾਲਾ ਹੋਵੇ ਕਿਉਂਕਿ ਨਵੇਂ ਆਏ ਅਧਿਆਪਕ ਤੇ ਅਣਜਾਣ ਲੋਕ ਉਸ ਦੇ ਪਿਓ ਕਰਤਾਰ ਸਿੰਘ ਨੂੰ ਉਸ ਦਾ ਵੱਡਾ ਪ੍ਰਾਇਸ ਸਮਝ ਲੈਂਦੇ ਸਨ ਇਹ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਅਗਲਾ ਪ੍ਰਸ਼ਨ ਦੇਖਦੇ ਆ ਤੀਜਾ ਵੀਰਾਵਲੀ ਦੀ ਮੌਤ ਦਾ ਕੀ ਕਾਰਨ ਸੀ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਪਤੇ ਦੇ ਜਦ ਕਾਰਨ ਵੀਰਾਵਲੀ ਲਾਜ ਨੂੰ ਗੱਲੀ ਵਿੱਚ ਛੇੜਦਿਆਂ ਛੱਡ ਕੇ ਆਪਣੇ ਪਤੀ ਨਾਲ ਚਲੀ ਗਈ ਸੀ ਉਸ ਦੇ ਪਰ ਨੇ ਆਪਣੇ ਬੱਚੇ ਉਸ ਕੋਲ ਅਮਾਨਤ ਕੀਤੀ ਸੀ ਉਹ ਆਪਣੀ ਭਤੀਜੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ ਸੀ ਇਸ ਕਰਕੇ ਇਸ ਸਦਮੇ ਨਾਲ ਉਸ ਦੀ ਮੌਤ ਹੋ ਗਈ। ਅਗਲਾ ਪ੍ਰਸ਼ਨ ਹੈ ਰਸ਼ੀਦ ਆਪਣੇ ਪਿੰਡ ਜਾ ਕੇ ਕਿਵੇਂ ਰਹਿਣਾ ਸ਼ੁਰੂ ਕਰਦਾ ਹੈ? ਇਸ ਦਾ ਉੱਤਰ ਅਸੀਂ ਲਿਖ ਸਕਦੇ ਹਾਂ ਰਸ਼ੀਦ ਆਪਣੇ ਪਿੰਡੇ ਜਾ ਕੇ ਹਵੇਲੀ ਵਿੱਚ ਰਹਿਣਾ ਸ਼ੁਰੂ ਕਰਦਾ ਹੈ ਉੱਥੇ ਉਹ ਗੁਲਾਬ ਦੇ ਪੌਦੇ ਲਗਵਾਉਂਦਾ ਹੈ ਕਬੂਤਰ ਬਿੰਨੀਆਂ ਤੇ ਤੋਤੇ ਪਾਲਦਾ ਹੈ ਤੇ ਆਪਣਾ ਜੀਵਨ ਇਕਲਤਾ ਅਤੇ ਖੁਸ਼ੀ ਵਿੱਚ ਬਤੀਤ ਕਰਦਾ ਹੈ। ਇਸ ਤੋਂ ਬਾਅਦ ਅਗਿਆ ਸਡਾ ਪਾਤਰ ਚਿੱਤਰਣ ਵਾਲਾ ਪ੍ਰਸ਼ਨ ਇੱਕ ਅੰਗ ਵਿੱਚੋਂ ਤੇ ਬੰਬਗੇਸਿਕ ਕਕ ਵਿੱਚੋਂ ਪਾਤਰ ਥਾਣੇਦਾਰ ਕੋਈ ਵੀ ਦੋ ਦੋ ਵਿੱਚੋਂ ਕਿਸੇ ਵੀ ਇੱਕ ਦਾ ਸੀ ਕਰ ਸਕਦੇ ਨੇ ਥਾਣੇਦਾਰ ਦਾ ਪਾਤਰ ਚਿੱਤਰਣ ਸਭ ਤੋਂ ਪਹਿਲਾਂ ਸ ਉਸਦੇ ਬਾਰੇ ਜਾਣ ਪਛਾਣ ਲਿਖ ਸਕਦੇ ਆ ਦੂਜਾ ਪੁਆਇੰਟ ਲਿਖ ਸਕਦੇ ਚਲਾਕ ਥਾਣੇਦਾਰ ਇੱਕਜਾ ਪੁਆਇੰਟ ਹੋ ਗਿਆ ਸਖਤ ਸੁਭਾਅ ਵਾਲਾ ਚੌਥਾ ਪੁਆਇੰਟ ਖੁਸ਼ਾਮਦਦ ਸ਼ੌਕੀਨ ਪੰਜਵਾਂ ਪੁਆਇੰਟ ਹੋ ਗਿਆ ਬੇਸਮਝ ਛੇਵਾਂ ਪੁਆਇੰਟ ਹੋ ਗਿਆ ਵਿਅੰਗਮਈ ਪਾਤਰ ਜినాਤੂਰ ਨੇ ਸਾਦਾ ਪੱਤ ਚਿੱਤਰਣ ਅਸੀਂ ਕਰ ਸਕਦੇ ਸਭ ਤੋਂ ਪਹਿਲਾਂ ਜਾਣ ਪਛਾਣ ਕੀ ਉਹ ਜ਼ਫਰਨਾਮਾ ਇੱਕ ਅੰਗਰੇਜ਼ੀ ਵਿੱਚ ਮਹੱਤਵਪੂਰਨ ਪੱਤਰ ਹੈ ਉਹ ਔਰੰਗਜ਼ੇਬ ਦੀ ਧੀ ਹੈ ਤੇ ਦੂਜਾ ਪੁਆਇੰਟ ਅਸੀਂ ਲਿਖ ਸਕਦੇ ਪਿਆਰੀ ਸੇਵਾ ਕਰਨ ਵਾਲੀ ਸੀ ਤੋਂ ਬਾਅਦ ਲਿਖ ਸਕਦੇ ਸੱਚਾਈ ਪ੍ਰਸੰਸਾ ਵਾਲੀ ਗੁਰੂ ਜੀ ਦੇ ਹੱਕ ਵਿੱਚ ਬੋਲਣ ਵਾਲੀ ਜ਼ੁਲਮ ਨਾ ਬਰਦਾਸ਼ਤ ਕਰਨ ਵਾਲੀ ਤੇ ਇਸ ਤਰ੍ਹਾਂ ਸੀ ਇਸ ਦਾ ਉੱਤਰ ਉਹ ਕਰ ਸਕਦੇ ਹਾਂ ਇਸ ਤੋਂ ਬਾਅਦ ਹੋ ਗਿਆ ਸਾਡੇ वार्तालाप ਅਧਾਰਿਤ ਪ੍ਰਸ਼ਨ ਇਹ ਜਿਸ ਸਵਚਤੋਂ ਪਹਿਲਾ ਤੁਹਾਡੀ ਪੀੜ੍ਹੀ ਦੀ ਆਦਤ ਬਣ ਗਈ ਹੈ ਹਰ ਚੀਜ਼ ਨੂੰ ਉਲਟਾ ਕਰਕੇ ਦੇਖੋ ਤੇ ਐਸ਼ਵਤ ਕਿਸੇ ਕਾਂਗੇ ਵਿੱਚੋਂ ਹਨ ਨਾਇਕ ਐਸ਼ਵਤ ਕਿਸ ਨੇ ਕਿਸ ਨੂੰ ਕਹੇ ਪਿਤਾ ਨੇ ਉਤਕਰਨ ਨੂੰ ਕਹੇ ਦੇਖ ਲਾ ਪ੍ਰਸ਼ਨ ਹੈ ਇਸ ਵਿੱਚ ਕਿਹੜੀ ਪੀੜ੍ਹੀ ਦੀ ਆਦਤ ਦੀ ਗੱਲ ਕੀਤੀ ਗਈ ਹੈ ਨੌਜਵਾਨ ਪੀੜ੍ਹੀ ਦੀ ਆਦਤ ਦੀ ਗੱਲ ਕੀਤੀ ਗਈ ਹੈ ਤੇ ਦੁਜਾ ਆ ਬੜੀ ਖੁਸ਼ੀ ਨਾਲ ਕਰੋ ਪ੍ਰਬੰਧ ਮਾ ਜੀ ਮੇਰੇ ਦੁਜੇ ਵਿਆਹ ਮੰਜੀਤ ਮੇਰੇ ਕੋਲ ਛਾਣ ਰਿਹਾ ਕਰੋ ਅਤੇ ਦੁਜੀ ਨੂੰ ਤੁਹਾਡੀ ਸੇਵਾ ਕਰਿਆ ਕਰੋ ਸੇਵਾ ਕਿਹੜੇ ਕਾਂਗੇ ਵਿੱਚੋਂ ਹਨ ਦੁਜਾ ਵਿਆਹ ਇਹਵਾ ਕਿਸ ਨੇ ਕਿਸ ਨੂੰ ਕਹੇ ਸੁਖਦੇਵ ਸਿੰਘ ਨੇ ਆਪਣੀ ਮਾਂ ਨਿਹਾਲ ਕੌਰ ਨੂੰ ਗਏ ਦੂਜਾ ਹੈ ਸੁਖਦੇਵ ਦੇ ਵਿਆਹ ਹੋਣ ਦੀ ਸੂਰਜ ਵਿੱਚ ਦੋਹਾਂ ਵੋਟੀਆਂ ਦੇ ਰਹਿਣ ਦੀ ਥਾਂ ਬਾਰੇ ਕੀ ਕੀ ਕਹਿੰਦਾ ਕੀ ਕਹਿੰਦਾ ਦੋਹਾਂ ਵੋਟੀਆਂ ਦਾ ਕਿ ਮੰਜੀਤ ਮੰਜੀਤ ਦੇ ਛਾਉਣੀ ਰਹਿਣ ਅਤੇ ਦੂਜੀ ਵੋਟੀ ਦੇ ਸਸਕੂਲ ਰਹਿਣ ਬਾਰੇ ਕਹਿੰਦਾ ਇਸ ਤੋਂ ਬਾਅਦ ਹੋ ਗਿਆ ਸਾਡੇ ਪਾਤਰ ਚਿੱਤਰਨ ਇਕ ਨਵਾਂ ਸਵਾਲ ਨਵਲ ਵਿੱਚ ਜਿਵੇਂ ਬੰਤੇ ਦਾ ਪਾਤਰ ਚਿੱਤਰਨ ਰਚੀ ਕਰ ਸਕਿਆ ਸਭ ਤੋਂ ਪਹਿਲਾਂ ਸੇ ਲਿਖ ਸਕਦਾ ਜਾਣ ਪਛਾਣ ਦੂਜਾ ਪੁਆਇੰਟ ਬਣਤੀ ਤੇ ਇਮਾਨਦਾਰ ਦੂਜਾ ਪੁਆਇੰਟ ਆਰਥਿਕ ਤੰਗੀ ਦਾ ਸ਼িকার, ਛੜਕਾਂ ਤੇ ਗੁਲਾਮੀ ਨਾ ਸਹਿਣ ਵਾਲਾ, ਪਤਨੀ ਦਾ ਖਿਆਲ ਰੱਖਣ ਵਾਲਾ, ਇੱਕ ਜ਼ਿੰਮੇਵਾਰ ਇਨਸਾਨ। ਤੇ ਬੰਤੇ ਦੀ ਮਾਦਾ ਪਤਰ ਚਿੱਤਰਨ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਜਾਣ ਪਛਾਣ। ਦੂਜਾ ਪੁਆਇੰਟ ਹੋ ਗਿਆ ਪਿੰਡ ਵਿੱਚ ਰਹਿਣ ਵਾਲੀ, ਨੂੰ ਪ੍ਰਤੀ ਗੈਰ ਜ਼ਿੰਮੇਵਾਰ ਹੋ ਗਿਆ ਅਗਲਾ ਪੁਆਇੰਟ। ਇਸ ਤੋਂ ਬਾਅਦ ਹੋ ਗਿਆ ਬੰਤੇ ਦੇ ਸਤਕਾਰ ਦੀ ਪੱਤਰ। ਤੇ ਜੇ ਲਾਜੋ ਦਾ ਪਤਰ ਚਿੱਤਰਨ ਆ ਜਾਵੇ ਤਾਂ ਸਭ ਤੋਂ ਪਹਿਲਾਂ ਜਾਣ ਪਛਾਣ, ਸੱਚ ਲਕਾਉਣ ਦੀ ਸਲਾਹ ਬਣਾਉਣ ਵਾਲੀ, ਅੰਧਵਿਸ਼ਵਾਸ ਅੰਧਵਿਸ਼ਵਾਸੀ ਦੇ ਚੋਸ ਤੇ ਚਲਾ ਕੇ ਇਸ ਤਰੀਕੇ ਇਸ ਤਰ੍ਹਾਂ ਸੀ ਇਸ ਦਾ ਪਾਤਰ ਚਿੱਤਰਨ ਉਹ ਕਰ ਸਕਦੇ ਆ ਡਿਟੇਲ ਵਿੱਚ ਪਾਤਰ ਚਿੱਤਰਨ ਕਰਨ ਸੇ ਸਾਡੇ ਕੋਲ ਨਵਾਂ ਸਾਲ ਦੇ ਪਾਤਰ ਚਿੱਤਰਨ ਵਾਲੀ ਵੀਡੀਓ ਜ਼ਰੂਰ ਦੇਖ ਲੈਣਾ ਐਂ ਅਸੀਂ ਡਿਟੇਲ ਵਿੱਚ ਇਹਨਾਂ ਪਤਨਾ ਬਾਰੇ ਉੱਥੇ ਦੱਸਿਆ ਹੋਇਆ ਤੇ ਹੁਣ ਉਸ ਤੋਂ ਬਾਅਦ ਉਹ ਕੀ वार्तालाप ਵਿੱਚ वार्तालाप ਦੀ ਪ੍ਰਸੰਗ ਸਹਿਤ ਵਿਆਖਿਆ ਤੇ ਸਭ ਤੋਂ ਪਹਿਲਾਂ ਪਰ ਡੈਨ ਵੇ ਆਤਾ ਹੱਲੇ 2 ਸਾਰ ਰਹਿਰ ਕੇ ਕਰਨਾ ਹੈ ਪਰਦੀ ਰੈਂਡ ਦੇ ਸੂ ਕਾਲੇ ਚ ਕੰਨ ਉਠਾਲਣਾ ਹੋਇਆ ਤੇ ਪ੍ਰਸੰਗ ਵਿੱਚ ਅਸੀਂ ਕੀ ਲਿਖ ਸਕਦੇ ਆ ਇਹ ਵਾਕ ਨਰਿੰਦਰਨ ਤਸਨੀਮ ਦੇ ਨੋਵਲਿਕ ਹੋਰ ਨਵਾਂ ਸਾਲ ਦੇ ਪਾਕਸ ਵੇਰ ਵਿੱਚ ਲੱਜੋ ਨੇ ਮਹੀਸ਼ੀ ਦੀ ਮਾਂ ਨੂੰ ਕਹੇ ਜਦੋਂ ਮ ਮਹੀਸ਼ੀ ਦੀ ਮਾਂ ਕੁੜੀ ਨੂੰ ਉਹ ਅੱਗੇ ਪੜਾਉਣ ਦੇ ਹੱਕ ਵਿੱਚ ਨਹੀਂ ਤੇ ਵਿਆਖਿਆ ਵਿੱਚ ਅਸੀਂ ਕੀ ਲਿਖ ਸਕਦੇ ਆ ਵਿਆਖਿਆ ਵਿੱਚ ਅਸੀਂ ਲਿਖ ਸਕਦੇ ਆ ਵਿਛੋੜਨ ਲੱਜੋ ਮਹੀਸ਼ੀ ਦੀ ਮਾਂ ਨੂੰ ਕਹਿੰਦੀ ਹੈ ਕਿ ਵਿਆਹਤਾ ਚ ਦੋ ਸਾਲ ਠਹਿਰ ਕੇ ਕਰਨਾ ਹੈ ਇਸ ਕਰਕੇ ਕੁੜੀ ਨੂੰ ਕਾਲਜ ਵਿੱਚ ਪੜਨਣ ਤੋਂ ਹਟਾਉਣ ਲਈ ਨਾ ਕਿ ਠੀਕ ਨਹੀਂ ਆ ਤੇ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਵੇਲ ਕਿੱਥੇ ਬਾਤਾਂ ਸੁਣਨ ਦੀ ਛੋਟੇ ਹੁੰਦੇ ਆ ਸੁਣਦੇ ਸੀ ਬੇਬੇ ਕੋਲੋਂ ਦੇ ਇਸ ਦੇ ਪ੍ਰਸੰਗ ਵਿੱਚ ਅਸੀਂ ਕੀ ਲਿਖ ਸਕਦੇ ਹਾਂ ਇਹ ਸ਼ਬਦ ਨਰੀਂਜਨ ਤਸਮੀਮ ਨਰੀਂਜਨ ਤਸਮੀਮ ਦੇ ਨਾਵਲਿਕ ਹੋਰ ਨਮਸਾਲ ਵਿੱਚ ਬੰਤੀ ਇੱਕ ਪੁਰਾਣੀ ਯਾਰ ਨਾਲ ਸੰਬੰਧਿਤ ਹੈ ਅੰਚਦੋ ਇੱਕ ਕਵੀਆਂ ਵਰਗਾ ਬੰਦਾ ਰਿਕਸ਼ੇ ਵਿੱਚ ਬੈ ਕੇ ਬੰਤੇ ਤੋਂ ਕਹਾਣੀ ਸੁਣਨ ਲਈ ਪੁੱਛਦਾ ਹੈ ਤੇ ਜਵਾਬ ਵਿੱਚ ਬੰਤਾ ਐਂ ਕਹਿੰਦਾ ਤੇ ਵਿਆਖਿਆ ਵਿੱਚ ਅਸੀਂ ਕੀ ਲਿਖ ਸਕਦੇ ਹਾਂ ਵਿਆਖਿਆ ਵਿੱਚ ਅਸੀਂ ਇਹ ਲਿਖ ਸਕਦੇ ਹਾਂ ਜਦੋਂ ਇੱਕ ਕਵੀਆਂ ਵਰਗੇ ਬੰਦੇ ਨੇ ਰਿਕਸ਼ੇ ਵਿੱਚ ਬੈਠ ਕੇ ਉਸ ਤੋਂ ਕਹਾਣੀ ਸੁਣਨ ਬਾਰੇ ਪੁੱਛਿਆ ਤਾਂ ਬੰਤੇ ਨੇ ਕਿਹਾ ਕਿ ਉਸ ਕੋਲ ਬੱਤਾਂ ਸੁਣਨ ਦੀ ਵੀਲ ਨਹੀਂ ਉਹ ਛੋਟਾ ਹੁੰਦਾ ਬੇਬੇ ਕੋਲੋਂ ਬੱਤਾਂ ਸੁਣਦਾ ਸੀ ਦੋਸਤੋ ਐਸੇ ਕਾ ਮਾਡਲ ਟੈਸਟ ਪੇਪਰ 2 ਤੇ ਇਸ ਵਿੱਚ ਜਿਹੜੇ ਪ੍ਰਸ਼ਨ ਦਿੱਤੇ ਗਏ ਹਨ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੇ ਜਿਹੜਾ ਪੇਪਰ ਹੈ ਚੰਗੀ ਤਰ੍ਹਾਂ ਦੇਖ ਲਿਆ ਹੋਵੇਗਾ ਤੇ ਆਪ ਸਾਰਿਆਂ ਨੂੰ ਇਹ ਪ੍ਰਸ਼ਨ ਵੀ ਚੰਗੀ ਤਰ੍ਹਾਂ ਆ ਗਏ ਹੋਣੇ ਤੇ ਮਿਲਾਂਗੇ ਆਪ ਸਾਰਿਆਂ ਨੂੰ ਮਾਡਲ ਟੈਸਟ ਪੇਪਰ 3 ਦੇ ਨਾਲ ਉਦੋਂ ਤੱਕ ਆਪਣੇ ਅਧਿਆਪਕ ਸਰਦਾਰ ਹਰਬਿੰਦਰ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ